ਤਸ਼ਕੁਰ ਬ੍ਰੇਕਪਾਸ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਜਿਹੜੀ ਲਿਖਤ ਸੀ ਪੜਨ ਜਾ ਰਹੀ ਆ ਉਹ ਆਈ ਹੈ ਚੰਡੀਗੜ੍ਹ ਤੋਂ ਭੈਣ ਸੁਖਮਨ ਕੌਰ ਜੀ ਦੀ ਇਹ ਲਿਖਦੇ ਹਨ ਅ ਮੋਦੀ ਗਵਰਨਮੈਂਟ ਵਿੰਕਿੰਗ ਟੂ ਗਲੋਬਲ ਟੈਰੋਰਿਜ਼ਮ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੈਂ ਵਾਦਾ ਕੀਤਾ ਸੀ ਕਿ ਮੈਂ ਟੀਵੀ 84 ਨੂੰ ਦੁਬਾਰਾ ਨਹੀਂ ਲਿਖਣਾ ਪਰ ਮੈਂ ਇਹ ਦੱਸਣ ਲਈ ਲਿਖ ਰਹੀ ਆ ਕਿ ਮੋਦੀ ਸਰਕਾਰ ਅਤੇ ਭਾਰਤੀ মিডিਆ ਸਿੱਖਾਂ ਨੂੰ ਅੰਤਰਰਾਸ਼ਟਰੀ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ ਅਤੇ ਸਿੱਖ ਅੱਤਵਾਦ ਦਾ ਹੌਵਾ ਮੋੜ ਸ਼ੁਰੂ ਕਰਨ ਦੀ ਤਾਗ ਵਿੱਚ ਹਨ ਇਹ ਲੋਕ ਪਿਛਲੇ ਸਾਲ ਜਦੋਂ ਪੈਰਿਸ 'ਚ ਹਮਲਾ ਹੋਇਆ ਤਾਂ ਇੰਡੀਆ ਮੀਡੀਆ ਨੇ ਉਦੋਂ ਪੀੜਤ ਬਣਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਹ ਦਰਸਾਇਆ ਸੀ ਕਿ ਯੂਕੇ ਵਿੱਚ ਅਤੇ ਹੋਰ ਬਾਲੇ ਗੁਰਦੁਆਰਾ ਸਬਾਣਾ ਵਿੱਚ ਖਾਲਸਤਾਨੀ ਗਰੁੱਪ ਇਕੱਠੇ ਹੋ ਰਹੇ ਹਨ ਅਤੇ ਸਿੱਖਾਂ ਨੂੰ ਕੱਟੜਵਾਦ ਦਾ ਪਾਠ ਪੜਾ ਕੇ ਉਹਨਾਂ ਨੂੰ ਬੰਬ ਬਣਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤੁਸੀਂ ਪਟਾਣਕੋਟ ਅਤੇ ਦਿਨਾਨਗਰ ਹਮਲੇ ਦੀ ਮੀਡੀਆ ਕਵਰੇਜ ਦੇਖੀ ਹੀ ਹੋਣੀ ਹੈ ਕਿਵੇਂ ਮੀਡੀਆ ਨੇ ਇਸ ਨੂੰ ਪੰਜਾਬ ਵਿੱਚ ਆਤਵਾਦੀ ਮੋੜ ਆਮਦ ਦੱਸਿਆ ਚਾਨਾ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਹਮਲੇ ਬਿਨਾ ਅੰਦਰੂਨੀ ਮਦਦ ਦੇ ਸੰਭਵ ਨਹੀਂ ਅਤੇ ਉਨ੍ਹਾਂ ਇਸ ਦਾ ਜ਼ਿੰਮੇਵਾਰ ਬਬਰ ਖਾਲਸਾ ਨੂੰ ਦੱਸਿਆ ਕਿ ਉਹ ਆਈਐਸ ਆਈ ਦੀ ਮਦਦ ਕਰ ਰਹੇ ਹਨ ਤੁਸੀਂ ਇਹਨਾਂ ਮੈਸਾ ਦਾ ਵੇਰਵਾ এবੀਪੀ ਨਿਊਜ਼ ਜੀ ਨਿਊਜ਼ ਟਾਈਮ ਨਿਊਜ਼ ਇੰਡੀਆ ਟੂਡੇ ਟੀਵੀ ਨਿਊਜ਼ ਐਕਸ ਦੇ YouTube ਚੈਨਲ ਤੇ ਜਾ ਕੇ ਆਪ ਦੇਖ ਸਕਦੇ ਹੋ ਇੰਡੀਅਨ ਐਕਸਪ੍ਰੈਸ ਸਕਰੋਲ ਹਿੰਦੁਸਤਾਨ ਟਾਈਮਜ਼ ਵਰਗੀਆਂ ਅਖਬਾਰਾਂ ਨੇ ਪਹਿਲਾਂ ਹੀ ਕੈਨੂ ਸਿੱਖ ਕੱਟੜਪੰਤੀਆਂ ਅਤਵਾਦੀਆਂ ਤੇ ਨਿਸ਼ਾਨਾ ਸਾਧਿਆ ਹੋਇਆ ਹੈ ਮੈਂ ਪਹਿਲਾਂ ਵੀ ਇਹਨਾਂ ਦੇ ਆਰਟੀਕਲਸ ਦੇ ਲਿੰਕ ਭੇਜੇ ਹਨ ਆਉਂਦੇ ਸਮੇਂ ਵਿੱਚ ਇਹਨਾਂ ਦਾ ਪ੍ਰੋਪਗੈਂਡਾ ਸਮਝਣ ਲਈ ਹੋਰ ਵੀ ਪੇਧੀ ਰਵਾਂਗੀ ਅਕਾਲੀ ਦਲ ਤੇ ਵੀ ਇਹਨਾਂ ਨੇ ਅਤਵਾਦ ਨਾਲ ਨਰਮ ਰੁਖ ਅਪਣਾਉਣ ਦਾ ਦੋਸ਼ ਲਾਇਆ ਹੈ ਕਿ ਇਹਨਾਂ ਨੇ ਸਿਆਸੀ ਹਿੱਤਾਂ ਲਈ ਅਤਵਾਦੀਆਂ ਨੂੰ ਛੱਡਿਆ ਬਾਪੂ ਸੁਰਸਿੰਘ ਖਾਲਸਾ ਨੂੰ ਸਾਬਕਾ ਅਤਵਾਦੀ ਦੱਸਿਆ ਤੇ ਕਿਹਾ ਕਿ ਇਹ ਅਤਵਾਦੀਆਂ ਨੂੰ ਛਡਾਉਣ ਲਈ ਭੁਖ ਹੜਤਾਲ ਤੇ ਬੈਠੇ ਹਨ ਆਮ ਆਦਮੀ ਪਾਰਟੀ ਤੇ ਵੀ ਖਾਲਿਸਤਾਨ ਪੱਕੀ ਹੋਣ ਦਾ ਇਲਜ਼ਾਮ ਲਗਾਇਆ ਇਹਨਾਂ ਸਿਆਸੀ ਪਾਰਟੀਆਂ ਦੇ ਬੁਲਾਰਿਆਂ ਨੇ ਇਹਨਾਂ ਬਿਆਨਾਂ ਵਿੱਚ ਆਪ નિર્ਦੋਸ਼ ਬਣ ਕੇ ਕਾਂਗਰਸ ਨੂੰ ਇਸ ਦੀ ਜੜ ਦੱਸਿਆ ਨਿਊਜ਼ ਐਕਸ ਅਤੇ ਨਿਊਜ਼ 24 ਤੇ ਇਹਨਾਂ ਪਾਰਟੀਆਂ ਨੇ ਸਿੱਖ ਨੁਮਾਇੰਦੇ ਭੇਜੇ ਜਿਨ੍ਹਾਂ ਨੇ ਕਟੜਵਾਦੀ ਸਿੱਖਾਂ ਦੀ ਮਦਦ ਕਰਨ ਤੋਂ ਇਨਕਾਰ ਕੀਤਾ ਤੇ ਹਿੰਦੂ ਨੁਮਾਇੰਦਿਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਿੱਖ ਕਟੜਵਾਦ ਨੂੰ ਸਿਰ ਚੁੱਕਣ ਦੀ ਥਾਂ ਨਹੀਂ ਦੇਣੀ ਚਾਹੀਦੀ ਰਿਪੋਰਟਾਂ ਮੁਤਾਬਕ ਮੋਦੀ ਸਰਕਾਰ ਨੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖਾਂ ਖਿਲਾਫ ਡੋਜ਼ੀਅਰ ਦਿੱਤੇ ਹਨ ਜੇ ਮੀਡੀਆ ਰਿਪੋਰਟਾਂ ਦੀ ਮੰਨੀ ਤਾਂ ਸਿੱਖਾਂ ਨੂੰ ਅਤਵਾਦੀ ਕਟੜਵਾਦੀ ਦੱਸਦਿਆਂ ਭਾਰਤ ਨੇ ਯੂਕੇ ਯੂਐਸਏ ਕੈਨੇਡਾ ਆਸਟ੍ਰੇਲੀਆ ਮਲੇਸ਼ੀਆ ਅਤੇ ਯੂਏ ਨੂੰ ਡੋਸੀਅਰ ਸੌਂਪੇ ਹਨ ਇਸ ਦੇ ਨਾਲ ਪਾਕਿਸਤਾਨ ਦੇ ਸਿੱਖਾਂ ਨੂੰ ਹਮੇਸ਼ਾ ਡਰਾਇਆ ਜਾਂਦਾ ਹੈ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਲਈਟੀ ਤੇ ਹਾਫਿਜ਼ ਸૈયਦ ਦੀ ਮਦਦ ਦੇ ਇਲਜ਼ਾਮ ਲਗਾਏ ਜਾਂਦੇ ਹਨ ਥੋੜੇ ਹਫ਼ਤਿਆਂ ਬਾਅਦ ਪੰਜਾਬ ਹਿਮਾਚਲ ਹਰਿਆਣਾ ਦੇ Hindu group ਇਹ ਦਾਵਾ ਕਰਦੇ ਹਨ ਕਿ ਉਹਨਾਂ ਨੂੰ ਖਾਲਸਤਾਨੀ ਗਰੁੱਪਾਂ ਨੇ ਧਮਕੀ ਦਿੱਤੀ ਹੈ ਜੀ ਨਿਊਜ਼ ਨੇ 2 ਮਹੀਨੇ ਪਹਿਲਾਂ ਇਹ ਖਬਰ ਨਸ਼ਰ ਕੀਤੀ ਸੀ ਕੇ ਉਹਨਾਂ ਦੇ ਡੀਸੀ ਨੂੰ ਸਿੱਖ ਕੈਦੀਆਂ ਨੂੰ ਰਿਹਾ ਕਰਨ ਲਈ ਧਮਕੀ ਮਿਲੀ ਹੈ ਅਜੇਹਾ ਨਾ ਹੋਣ ਅੰਦੀ ਸੁਰਤ ਵਿੱਚ ਹਮਲਾ ਕੀਤਾ ਜਾਵੇਗਾ ਸ਼ਿਵ ਸੈਨਾ ਵੀ ਅਜੇ ਦਾਅਵੇ ਕਰਦੀ ਰਹਿੰਦੀ ਹੈ ਉਹਨਾਂ ਆਪਣੇ ਹੀ ਬੰਦੇ ਐਕਸੀਡੈਂਟ ਵਿੱਚ ਮਰਵਾ ਕੇ ਇਲਜ਼ਾਮ ਸਿੱਖਾਂ ਤੇ ਲਗਾਇਆ ਜੀ ਨਿਊਜ਼ ਨੇ ਕਈ ਵਾਰ ਖਬਰ ਦਿੱਤੀ ਹੈ ਕਿ ਸਿੱਖ ਅਤਵਾਦੀਆਂ ਨੇ ਐਲਟੀ ਨਾਲ ਹੱਥ ਮਿਲਾ ਲਿਆ ਹੈ ਤੇ ਭਾਰਤ ਵਿੱਚ ਦਾਖਲ ਹੋ ਕੇ ਨੈਸ਼ਨਲ ਮੋਨੋਮੈਂਟਮ ਅਤੇ ਹਿੰਦੂਆਂ ਦੇ ਧਰਮ ਸਥਾਨਾਂ ਤੇ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਹੈ ਆਈਬੀਐਨ 7 ਨੇ ਕਿਹਾ ਹੈ ਕਿ ਸਿੱਖ ਭਾਰਤ ਵਿੱਚ ਦਾਖਲ ਹੋ ਚੁੱਕੇ ਹਨ ਅਤੇ ਅਕਸ਼ਰ ਧਾਮ ਤੇ ਹਮਲਾ ਕਰਨਗੇ ਜੀ ਨਿਊਜ਼ ਸਾਬਕਾ ਜਨ ਸੰਗੀਤ ਸੁਬਾਸ਼ ਚੰਦਰਾਵਾਲੂ ਚਲਾਇਆ ਜਾਂਦਾ ਹੈ ਜਿਹੜਾ ਉਹ ਚੈਨਲ ਦਿਖਦਾ ਹੈ ਉਸ ਨੂੰ ਪਤਾ ਹੈ ਕਿ ਇਹ ਚੈਨਲ ਕਿੰਨਾ ਘਟੜ ਹੈ ਇਹਨਾਂ ਨੇ जीएनयू ਵਿਦਿਆਰਥੀਆਂ ਨਾਲ ਸਬੰਧਤ ਵੀਡੀਓ ਵਿੱਚ ਸ਼ੇਅਰ ਛਾੜ ਕਰਕੇ ਉਹਨਾਂ ਵਿਰੁੱਧ ਹਿੰਸਾ ਪੜਕਾਈ ਤੇ ਹੁਣ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਿੱਛੇ ਜੇ ਜ਼ੀ ਨਿਊਜ਼ ਨੇ ਕੈਨੇਡਾ ਦੇ ਸਿੱਖਾਂ ਦੀ ਤੁਲਨਾ ਇਸਲਾਮਿਕ ਸਟੇਟ ਨਾਲ ਕੀਤੀ ਅਤੇ ਉਹਨਾਂ ਤੇ ਦਿੱਲੀ ਤੇ ਹਮਲਾ ਕਰਨ ਦੀ ਸਾਜ਼ਿਸ਼ ਦਾ ਇਲਜ਼ਾਮ ਲਗਾਇਆ ਪਿਛਲੇ ਸਾਲ ਮੋਦੀ ਅਤੇ ਨਿਊਜ਼ ਐਕਸ ਆਈ ਬੀ ਐਨ 7 ਜ਼ੀ ਨਿਊਜ਼ ਅਤੇ ਨਿਊਜ਼ ਨੇਸ਼ਨ ਵਰਗੇ ਮੀਡੀਆ ਨੇ 에ਅਰ ਇੰਡੀਆ ਕਨੈਕਸ਼ਾ ਤਮਾਕੇ ਨੂੰ ਯਾਦ ਕਰਦਿਆਂ ਕਿ ਇਹ 9/11 ਤੋਂ ਵੀ ਵੱਡਾ ਹਮਲਾ ਸੀ ਸਮੇਂ-ਸਮੇਂ ਮੋਦੀ ਅਤੇ ਉਸਦੇ ਪਿੱਠੂ ਮੀਡੀਆ ਵੱਲੋਂ ਸਿੱਖਾਂ ਨੂੰ ਅੰਤਰਰਾਸ਼ਟਰੀ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਭਾਰਤ ਪਿਛਲੇ 30 ਸਾਲਾਂ ਤੋਂ ਅੱਤਵਾਦ ਨਾਲ ਲੜ ਰਿਹਾ ਹੈ ਅਤੇ ਦੁਨੀਆ ਅੱਤਵਾਦ ਨਾਲ ਹੋਣ ਨਜੜਟ ਰਿਹਾ ਹੈ ਹਿੰਦੁਸਤਾਨ ਟਾਈਮਜ਼ ਅਤੇ ਡੇਲੀਓ ਵੱਲੋਂ ਅਸਮਿਆਂ ਅਤੇ 90ਵਿਆਂ ਦੌਰਾਨ ਕੈਨ ਨੂੰ ਸਿੱਖ ਹੱਤਵਾਦੀਆਂ ਵੱਲੋਂ ਕੀਤੀਆਂ ਵਾਰਦਾਤਾਂ ਦੀਆਂ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ ਇੱਥੋਂ ਤੱਕ ਪੀਲੀਪੀਤ ਝੂਠੇ ਪੁਲਸ ਮੁਕਾਬਲੇ ਦੀ ਸਟੋਰੀ ਦਾ ਕੇਂਦਰ ਬਿੰਦੂ ਵੀ ਝੂਠੇ ਪੁਲਸ ਮੁਕਾਬਲੇ ਤੇ ਨਾ ਹੋ ਕੇ ਸਿੱਖ ਹੱਤਵਾਦ ਅਤੇ ਖਾਲਿਸਤਾਨੀ ਅਤਵਾਦੀਵਾਲ ਸੀ ਭਾਰਤੀ ਸਰਕਾਰ ਨੂੰ ਸਿੱਖ ਡਾਇਸਪੋਰਾ ਦੀ ਵੱਡੀ ਤਾਕਤ ਤੋਂ ਡਰ ਲੱਗਦਾ ਹੈ ਅਤੇ ਇਹ ਡਰ ਫਰਸਟ ਪੋਸਟ ਅਤੇ ਸਕਰੋਲ ਦੇ ਇਹਨਾਂ ਆਰਟੀਕਲਸ ਵਿੱਚੋਂ ਸਾਫ਼ ਨਜ਼ਰ ਆਉਂਦਾ ਹੈ ਯੂਐਸ ਕਾਂਗਰਸਮੈਨ ਦਿਆਂ ਭਾਰਤ ਨੂੰ ਚਿੱਠੀਆਂ ਅਤੇ ਯੂਐਸਸੀ ਆਈਆਰਐਫ ਦੀਆਂ ਰਿਪੋਰਟਾਂ ਜਿਨ੍ਹਾਂ ਵਿੱਚ ਸਿੱਖਾਂ ਦੀਆਂ ਚਿੰਤਾਵਾਂ ਅਤੇ ਹੱਕ ਦੀ ਗੱਲ ਹੈ ਉਹ ਵੀ ਇਹਨਾਂ ਭਾਰਤੀਆਂ ਦੇ ਹਜ਼ਮ ਨਹੀਂ ਹੋ ਰਹੀ। ਇਸ ਤੋਂ ਬਾਅਦ ਉਹਨਾਂ ਨੇ ਸਿੱਖਾਂ ਅਤੇ ਸਿੱਖ ਡਾਇਸਪੋਰਾ ਖਿਲਾਫ ਬਹੁਤ ਕੁਝ ਲਿਖਿਆ ਹੈ ਅਖਬਾਰਾਂ ਵਿੱਚ। ਮੈਂ ਸਮਝਦੀ ਹਾਂ ਕਿ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਲਜਾਣ ਵਿੱਚ ਨਾ ਕਾਮਯਾਬ ਰਹਿਣ ਨੇ ਵੀ ਉਹਨਾਂ ਦੇ ਜ਼ਖਮਾਂ ਤੇ ਲੂੰਦਾ ਕੰਮ ਕੀਤਾ ਹੈ। ਬਾਹਰਲੇ ਸਿੱਖਾਂ ਦੀ ਵੱਦੀ ਸਿਆਖਸੀ ਤਾਕਤ ਦਾ ਦੁੱਖ ਇਹਨਾਂ ਦੇ ਕਾਲਮਸ ਵਿੱਚ ਨਜ਼ਰ ਆਂਦਾ ਹੈ ਇਹ ਸਿੱਖਾਂ ਨੂੰ ਬਦਨਾਮ ਕਰਨ ਅਤੇ ਡਰਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਖਾਸ ਕਰਕੇ ਭਾਰਤੀ ਸਿੱਖਾਂ ਨੂੰ ਆਈਐਸ ਆਈਐਸ ਨਾਲ ਜੋੜ ਕੇ ਪਹਿਲਾਂ ਹੀ ਮੁਸਲਮਾਨ ਨੌਜਵਾਨਾਂ ਨੂੰ ਫੜੰਦਾਲ ਸਿਲਸਲਾ ਜਾਰੀ ਹੈ ਹੁਣ ਇਹੀ ਕੁਝ ਸਿੱਖਾਂ ਨਾਲ ਵੀ ਕੀਤਾ ਜਾ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀਂ ਦੀਆਂ ਘਟਨਾਵਾਂ ਵਿੱਚ ਪਹਿਲਾਂ ਹੀ ਇਹ ਬਾਹਰਲੇ ਅਤੇ ਇੱਥੇ ਵੱਸਦੇ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ ਜਦੋਂ ਜੀ ਐਨ ਯੂ ਵਿਵਾਦ ਸਾਹਮਣੇ ਆਇਆ ਤਾਂ ਇਹਨਾਂ ਨੇ ਦਰਬਾਰ ਸਾਹਿਬ ਵਿਖੇ ਅੱਤਵਾਦੀਆਂ ਦੇ ਮੈਮੋਰੀਅਲ ਬਾਰੇ ਗੱਲ ਕੀਤੀ ਅਤੇ ਇਹ ਕਿਹਾ ਕਿ ਸਿੱਖ ਕਿਵੇਂ ਹਰ ਸਾਲ ਆਪਰੇਸ਼ਨ ਬਲੂ ਸਟਾਰ ਦੀ ਯਾਦ ਵਿੱਚ ਸਮਾਗਮ ਕਰਦੇ ਹਨ ਬਾਕੀ ਸਿਆਸੀ ਪਾਰਟੀਆਂ ਅਤੇ ਭਾਈਚਾਰਿਆਂ ਵੱਲੋਂ ਸਿੱਖਾਂ ਨੂੰ ਐਂਟੀ ਨੈਸ਼ਨਲ ਅਤੇ ਅੱਤਵਾਦ ਦੇ ਸਮਰਥਕ ਕਿਹਾ ਜਾ ਰਿਹਾ ਹੈ ਸ਼ੇਖਰ ਗੁਪਤਾ ਵਰਗੇ ਪੱਤਰਕਾਰ ਅਤੇ ਜਰਨਲ ਐਚਐਸ ਪਨਾਗ ਵਰਗੇ ਸਿੱਖਾਂ ਖਿਲਾਫ ਟਵਿੱਟਰ ਤੇ ਟਵੀਟਸ ਕਰ ਰਹੇ ਹਨ ਐਸਵਾਈਐਲ ਮੁੱਦੇ ਨੂੰ ਵੀ ਸਿੱਖਾਂ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ ਤੇ ਪੰਜਾਬ ਚ ਫਿਰ ਕੱਟੜਵਾਦ ਵੱਲ ਆਉਣ ਦੀ ਗੱਲ ਦੁਹਰਾਈ ਜਾ ਰਹੀ ਹੈ ਮੈਨੂੰ ਲੱਗਦਾ ਹੈ ਕਿ ਇਹ ਭਾਰਤ ਮਾਤਾ ਕੀ ਜੈ ਦਾ ਵਿਵਾਦ ਵੀ ਜੂਨ ਤੱਕ ਖਿੱਚਿਆ ਜਾਵੇਗਾ ਤੇ ਆਪਰੇਸ਼ਨ ਬਲੂ ਸਟਾਰ ਦੀ ਬਰੇਗੰਡ ਮੌਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਸਾਰੀਆਂ ਪਾਰਟੀਆਂ ਵੀ ਸਿੱਖਾਂ ਦਾ ਭੋਗ ਪਾਉਣ ਲੱਗੀਆਂ ਸਮਾਂ ਨਹੀਂ ਲਾਉਂਦੀਆਂ ਜਿਵੇਂ ਕਸ਼ਮੀਰੀਆਂ ਤੇ ਨਕਸਲੀਆਂ ਨੂੰ ਮਦਦ ਮਿਲਦੀ ਹੈ ਹੋਰ ਪਾਈਚਾਰਿਆਂ ਵੱਲੋਂ ਸਿੱਖਾਂ ਨੂੰ ਨਹੀਂ ਮਿਲਦੀ ਇਸ ਵਿੱਚ ਸਿੱਖ ਆਪਣੇ ਆਪ ਨੂੰ ਘਿਰੇ ਹੋਏ ਮਹਿਸੂਸ ਕਰ ਰਹੇ ਹਨ ਤੇ ਪਹਿਲਾਂ ਆਪਣੇ ਬੰਦਿਆਂ ਤੇ ਹੀ ਨਿਸ਼ਾਨਾ ਸਾਧਦੇ ਹਨ ਜਦੋਂ ਡਿਫੈਂਸਿਵ ਹੋਰ ਪਹਿਲਾਂ ਹੀ ਕੁਝ ਨੌਜਵਾਨ ਸਿੱਖ ਇਹ ਮਹਿਸੂਸ ਕਰ ਰਹੇ ਹਨ ਕਿ ਸਿੱਖ ਡਾਇਸਪੋਰਾ ਗद्दार ਹੈ ਅਤੇ ਪਾਕਿਸਤਾਨ ਨਾਲ ਰਲਿਆ ਹੈ ਤੇ ਹੁਣ ਆਈਐਸਆਈਐਸ ਨਾਲ ਮੋਦੀ ਅਤੇ ਆਰਐਸਐਸ ਦੀ ਕਟੜਵਾਦੀ ਸੋਚ ਨੇ ਦਲਤਾਂ, ਮੁਸਲਮਾਨਾਂ, ਇਸਾਈਆਂ, ਕਸ਼ਮੀਰੀਆਂ ਆਯਾਦ ਸੋਚ ਰੱਖਣ ਵਾਲੇ ਕਮਿਊਨਿਸਟਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਸਿੱਖਾਂ ਦੇ ਵੀ ਖਿਲਾਫ ਰਹੇ ਹਨ ਪਰ ਹੁਣ ਇਹ ਚਾਪਤਾ ਹੈ ਕਿ ਸਿੱਖਾਂ ਤੇ ਸਿੱਧਾ ਹਮਲਾ ਕਰਨਗੇ ਮੈਂ ਸਾਰੇ ਸਿੱਖਾਂ ਨੂੰ ਅਪੀਲ ਕਰਾਂਗੀ ਕਿ ਉਹ ਇਸ ਸਮੇਂ ਵਿੱਚ ਸਾਵਧਾਨ ਰਹਿਣ ਜੇ ਹੋ ਸਕਦਾ ਹੈ ਤਾਂ ਇਹਨਾਂ ਟੀਵੀ ਚੈਨਲਾਂ ਤੇ ਸਿੱਖਾਂ ਵੱਲੋਂ ਕੇਸ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਸਿੱਖਾਂ ਖਿਲਾਫ ਪ੍ਰੋਪਗੈਂਡਾ ਕਰ ਰਹੇ ਹਨ ਇੰਡੀਅਨ ਮੀਡੀਆ ਫੇਸਬੁੱਕ ਟਵਿੱਟਰ ਅਤੇ ਯੂਟਿਊਬ ਤੋਂ ਸਕਰੀਨਸਕ੍ਰੀਨਸ਼ਾਟ ਲੈ ਕੇ ਜਾਲੀ ਰਿਪੋਰਟਾਂ ਤਿਆਰ ਕਰਨ ਵਿੱਚ ਮਾਹਿਰ ਹਨ ਸਿੱਖ ਕੋਈ ਕੁਝ ਵੀ ਆਨਲਾਈਨ ਪੋਸਟ ਕਰਨ ਲੱਗੇ ਧਿਆਨ ਰੱਖਣ ਤਾਂ ਜੋ ਇਹਨਾਂ ਨੂੰ ਘੱਟ ਤੋਂ ਘੱਟ ਮੌਕਾ ਬਣੇ ਕੁਝ ਗਲਤ ਪ੍ਰਪੋਗੈਂਡਾ ਕਰਨ ਦਾ। ਇਹ ਮੁਸਲਮਾਨ ਅਤਵਾਦ ਸ਼ਬਦ ਦੀ ਵਰਤੂ ਕਰਨ ਤੋਂ ਗੁਰੇਜ਼ ਕਰਦੇ ਹਨ। ਰਾਜਨਾਥ ਸਿੰਘ ਨੇ ਵਿਰੋਧ ਜਤਾਇਆ ਸੀ ਜਦ ਹਿੰਦੂ ਅਤਵਾਦੀ ਸ਼ਬਦ ਮੀਡੀਆ ਵਿੱਚ ਆਇਆ ਸੀ ਪਰ ਸਿੱਖਾਂ ਨੂੰ ਸਿੱਖ ਅਤਵਾਦ ਦੇ ਨਾਮ ਥੱਲੇ ਰੱਜ ਕੇ ਬਦਨਾਮ ਕੀਤਾ ਜਾਂਦਾ ਹੈ। ਸਿੱਖਾਂ ਨੂੰ ਸਾਦਾ ਰਹਿਣਾ ਚਾਹੀਦਾ ਹੈ ਕਿਉਂਕਿ ਸਿੱਖਾਂ ਨੂੰ ਅੰਤਰਰਾਸ਼ਟਰੀ ਅਤਵਾਦ ਨਾਲ ਜੋੜਿਆ ਜਾ ਰਿਹਾ ਹੈ। ਭਾਰਤੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਖਾਲਸਾ ਏਡ ਐਸਓਪੀਡਬਲਯੂ ਅਤੇ ਅਖੰਡ ਕੀਰਤਨੀ ਜਥੇ ਨੂੰ ਅੱਤਵਾਦੀ ਜਥੇਬੰਦੀਆਂ ਦੀ ਮਦਦ ਕਰਨ ਵਾਲੀਆਂ ਜਥੇਬੰਦੀਆਂ ਦੀ ਲਿਸਟ ਵਿੱਚ ਸ਼ਾਮਲ ਕਰ ਲਿਆ ਹੈ ਬਾਹਰੀ ਮੁਲਕਾਂ ਦੇ Hindu ਲੇਖਕ ਵੀ ਸਿੱਖਾਂ ਖਿਲਾਫ ਫਰਜ ਕੇ ਲਿਖ ਰਹੇ ਹਨ ਸਿੱਖਾਂ ਨੂੰ ਸੋਸ਼ਲ ਮੀਡੀਆ ਦਾ ਇਸਤੇਮਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਐਵੇਂ ਨਹੀਂ ਕਿਸੇ ਨੂੰ ਮਾਰਨ ਦੀ ਜਾਂ ਹਿੰਸਾ ਦੀ ਗੱਲ ਕਰਨੀ ਕਈ ਮੁਸਲਮਾਨ ਨੌਜਵਾਨਾਂ ਨੂੰ ਇਹਨਾਂ ਦੇ ਇਹਨਾਂ ਨੇ ਫੇਸਬੁੱਕ ਤੇ ਅਜਿਹੇ ਕਮੈਂਟ ਕਰਨ ਤੇ ਹੀ ਝੁਕ ਲਿਆ ਸਿੱਖਾਂ ਖਿਲਾਫ ਇਸ ਪ੍ਰੋਪਗੈਂਡੇ ਨੂੰ ਕਾਨੂੰਨੀ ਤੌਰ ਤੇ ਚੈਲੰਜ ਕਰਨ ਦੀ ਲੋੜ ਹੈ ਪੰਜਾਬ ਚ ਝੂਠੇ ਹਮਲੇ ਹੋਰ ਵੀ ਹੋ ਸਕਦੇ ਹਨ 2017 ਦੀਆਂ ਚੋਣਾਂ ਵਿੱਚ ਹਿੰਦੂ ਵੋਟਰਾਂ ਨੂੰ ਇਕੱਠਿਆਂ ਕਰਨ ਲਈ ਜਿੱਥੇ ਮੈਂ ਸਿੱਖ ਸਿੱਖ ਡਾਇਸਪੋਰਾ ਨੂੰ ਆਪਣੀ ਸਿਆਸੀ ਤਾਕਤ ਵਧਾਉਣ ਅਤੇ ਦਰਦਾ ਲਈ مبارکباد ਦਿੰਦੀ ਹਾਂ ਉੱਥੇ ਹੀ ਇਹ ਵੀ ਆਸ ਕਰਦੀ ਹਾਂ ਕਿ ਸਿੱਖ ਡਾਇਸਪੋਰਾ ਭਾਰਤੀ ਪ੍ਰਪੋਗੈਂਡੇ ਤੇ ਨਜ਼ਰ ਰੱਖੇਗਾ ਤਾਂ ਜੋ ਇਹ ਭਾਰਤੀ ਸਿੱਖਾਂ ਨੂੰ ਸਿੱਖ ਡਾਇਸਪੋਰਾ ਖਿਲਾਫ ਖੜਾ ਕਰਕੇ ਸਿੱਖਾਂ ਵਿੱਚ ਵੰਡੀਆਂ ਪਾਉਣ ਚ ਕਾਮਯਾਬ ਨਾ ਹੋ ਸਕਣ ਧੰਨਵਾਦ ਜੀ ਡਾਕਟਰ ਸਾਹਿਬ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ ਸਾਡੀ ਰੂਸੀ ਭੈਣ کافی دیر ਬਾਅਦ ਉਹਨਾਂ ਨੇ ਲਿਖਿਆ ਮੈਂ ਹਮੇਸ਼ਾ ਇਹਨਾਂ ਦਾ ਕਦਰਦਾਨ ਹਾਂ ਔਰ ਮੈਂ ਵੀ ਕਹਿਣਾ ਚਾਹੁੰਦਾ ਹੈ ਵੀ ਜਦੋਂ ਤੱਕ ਉਹਨਾਂ ਨੇ ਨਹੀਂ ਲਿਖਿਆ ਅਸੀਂ ਵੀ ਉਹਨਾਂ ਨੂੰ ਮਿਸ ਕਰਦੇ ਰਹੇ ਜੀ ਕਿਉਂਕਿ ਇੰਨੀ ਜਾਣਕਾਰੀ ਔਰ ਇਸ ਕਿਸਮ ਦਾ ਈਮਾਨਦਾਰ ਐਨਲਿਸਿਸ ਇਹ ਹਰੀਖ ਦੇ ਵਾਸਤਾ ਰੋਗ ਨਹੀਂ ਹੈ ਔਰ ਅਸੀਂ ਪਹਿਲੇ ਸੈਗਮੈਂਟ 'ਚ ਹੀ ਆਲਰੇਡੀ ਜ਼ਿਕਰ ਕਰ ਚੁੱਕੇ ਹਾਂ ਕਿ ਵੀ ਕਿਵੇਂ মিডিਏ ਨੂੰ ਖਰੀਦਿਆ ਹੋਇਆ ਹੈ ਮੈਨੀਪੂਲੇਟ ਕੀਤਾ ਜਾਂਦਾ ਹੈ ਜਿਹਨੂੰ ਟਾਰਗੇਟ ਕਰਨਾ ਹੈ ਉਹਦੇ ਖਿਲਾਫ ਕਿਵੇਂ ਇੱਕ ਫਜ਼ਾ ਬਣਾਈ ਜਾਂਦੀ ਹੈ ਜੀ ਔਰ ਫਿਰ ਜਿਹੜਾ ਜਿਵੇਂ ਉਹ ਸ਼ିକਾਰੀ ਕੁੱਤੇ ਜਿਹੜੇ ਨੇ ਇੱਕ ਕੁੱਤੇ ਜਿਹੜੇ ਨੇ ਉਹ ਪੂਰੇ ਸ਼ਿਕਾਰ ਵਾਲੇ ਹੁੰਦੇ ਨੇ ਇੱਕ ਛੋਟੇ ਹੁੰਦੇ ਨੇ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਉਹ ਪਹਿਲਾਂ ਉਹਨਾਂ ਨੂੰ ਛੱਡਿਆ ਜਾਂਦਾ ਉਹ ਜਾ ਕੇ ਕਿਉਂਕਿ ਜਿਹੜਾ ਜਿੰਦ ਦਾ ਸ਼ਿਕਾਰ ਕਰਨਾ ਹੈ ਕਿ ਵੀਰ ਉਹ ਜਾ ਕੇ ਲੁਕ ਜਾਂਦਾ ਜਾਨਵਰ ਤੇ ਉਹ ਜਾ ਕੇ ਉਹਨੂੰ ਖੰਡੇ ਕਹਿੰਦੇ ਨੇ ਸ਼ਾਇਦ ਉਹਨੂੰ ਉਹ ਉਹਨਾਂ ਨੂੰ ਉਠਾਉਂਦੇ ਨੇ ਉਹ ਸ਼ਿਕਾਰ ਨੂੰ ਖੜਾ ਕਰ ਦਿੰਦੇ ਸ਼ਿਕਾਰ ਬਾਹਰ ਆਉਂਦਾ ਫਿਰ ਕੁੱਤੇ ਝੱਪਦੇ ਨੇ ਜੀ ਸੋ ਇਹ ਜਿਹੜਾ ਇਹਨਾਂ ਨੇ ਬਿਲਕੁਲ ਠੀਕ ਕਿਹਾ ਜਿਹੜੀ ਕਨਕਲੂਜਨ ਦੇ ਵਿੱਚ ਕਿਉਂਕਿ ਬਹੁਤ ਸਾਰੀ ਤਾਂ 셀ਫ ਐਕਸਪਲੇਨੇਟਰੀ ਹੈ ਕਿ ਵੀ ਕੀ ਕੀ ਚੈਲੰਜਸ ਚੱਲ ਰਹੇ ਨੇ ਕਿ ਵੀ ਅਸੀਂ ਸੋਸ਼ਲ ਮੀਡੀਆ ਤੇ ਜੋ ਵੀ ਕੋਈ ਪੋਸਟ ਕਰਦੇ ਆ ਕੋਈ ਹੋਰ ਬਹੁਤ ਕੇਅਰਫੁਲ ਹੋਈ ਹੈ ਕਿਉਂਕਿ ਇੱਕ ਸਟ੍ਰੈਟੇਜੀ ਦੇ ਥੱਲੇ ਹੈ ਉਹਦੇ ਸਕਰੀਨਸ਼ਾਟ ਲੈਂਦੇ ਨੇ ਫਿਰ ਕਿਵੇਂ ਟਾਰਗੇਟ ਕਰਦੇ ਨੇ ਔਰ ਮੈਂ ਇਹ ਵੀ ਦੇਖਦਾ ਹਾਂ ਵੀ ਜਿਹੜੇ ਲੋਕ ਬਹੁਤ ਐਕਟਿਵ ਰਹੇ ਅੱਜ ਤੋਂ ਸਾਲ 2 ਸਾਲ ਪਹਿਲਾਂ ਸਡਨਲੀ ਉਹ ਸ਼ਟ ਹੋ ਗਏ ਕਿਉਂਕਿ ਜਾਂ ਹਰਾਸਮੈਂਟ ਥੱਲੇ ਫੀਅਰ ਖੌਫ ਡਰ ਉਹਨਾਂ ਨੂੰ ਦੇਣ ਦੀ ਲਾਈਨ ਰਹੀ ਔਰ ਇਹਨਾਂ ਨੇ ਪੰਜ ਨੇ ਪਠਾਨਕੋਟ ਅਟੈਕ ਤੋਂ ਲੈ ਕੇ ਪੂਰਾ ਇੱਕ ਸਾਰੇ ਪੀਰੀਅਡ ਦਾ ਬਹੁਤ ਵਧੀਆ ਜਿਹੜਾ ਉਹ ਐਨਲਿਸਿਸ ਕੀਤਾ ਕਿ ਕਿਵੇਂ ਮੀਡੀਆ ਚੈਨਲਸ ਉਹਨਾਂ ਨੇ ਬਬਰ ਖਾਲਸਾ ਦੇ ਨਾਲ ਜੋੜਿਆ ਔਰ ਕਿਵੇਂ ਉਹਨਾਂ ਦੇ ਚੈਨਲ ਉਹ ਅਖਿਲ এবੀਵੀਪੀ ਹੋਏ ਇੰਡੀਆ ਟੂਡੇ ਹੋਏ ਟਾਈਮਜ਼ ਨਾਓ ਹੋਏ ਹਿੰਦੁਸਤਾਨ ਟਾਈਮਜ਼ ਹੋਏ ਜੀ ਕਿਵੇਂ ਇਹ ਈਵਨ ਜਦੋਂ ਇਹਨਾਂ ਦਾ ਫਿਰ ਵਾਸ ਚੱਲਦਾ ਜਿਹੜੇ ਅਕਾਲੀ ਬਿਲਕੁਲ ਇਹਨਾਂ ਦੇ ਗੋਲੇ ਬਣੇ ਹੋਏ ਨੇ ਉਹਨਾਂ ਨੂੰ ਵੀ ਮੁਆਫੀ ਕਰਦੇ ਕਿ ਜੀ ਇਹ ਵੀ ਇਹਨਾਂ ਦੀ ਸਪੋਰਟ ਕਰਦੇ ਨੇ ਬਾਪੂ ਸੂਰਤ ਸਿੰਘ ਨੂੰ ਵੀ ਅਤਵਾਦੀਆਂ ਦਾ ਹਮਾਇਤੀ ਬਣਾ ਦਿੱਤਾ ਔਰ ਸਿੱਖ ਕੱਟੜਵਾਦ ਦੇ ਨਾਂ ਥੱਲੇ ਜਿਵੇਂ ਮੋਦੀ ਨੇ ਜਿੱਥੇ ਜਿੱਥੇ ਗਿਆ ਡੋਸੀਅਰ ਅਮਰੀਕਾ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਦਿੱਤੇ ਔਰ ਖਾਲਸਤਾਨੀ ਗਰੁੱਪਾਂ ਨੂੰ ਜਿਹੜਾ ਜੇ ਉੱਥੇ ਫਗਵਾੜੇ 'ਚ ਸ਼ਿਵ ਸੈਨਾ ਦਾ ਬਾਂਦਰ ਮਾਰਿਆ ਗਿਆ ਐਕਸੀਡੈਂਟ ਤਾਂ ਸਿੱਖਾਂ ਤੇ ਹਮਲੇ ਕੀਤੇ ਔਰ ਇਹ ਸਾਰਾ ਪਾਰਟ ਜਿਹੜਾ ਉਹਨਾਂ ਨੇ ਕਦੇ ਸਿੱਖਾਂ ਨੂੰ ਜਿਹੜਾ ਔਰ ਉਹਨਾਂ ਨੇ ਬੜਾ ਵੇਰਵਾ ਦਿੱਤਾ ਉਹਨਾਂ ਨੇ ਕਿਹਾ ਜੀ ਜਿਹੜਾ ਜੀਟੀਵੀ ਸਭ ਤੋਂ ਅੱਗੇ ਹੁੰਦਾ ਹੈ ਇਹ ਪਲੈਂਟ ਕਰਨ ਚ ਉਹ ਜਨਸੰਗੀ ਜਿਹੜਾ ਸੁਭਾਸ਼ ਚੰਦਰ ਹੈ ਔਰ ਕੈਨੇਡਾ ਦੇ ਸਿੱਖਾਂ ਦੀ ਤੁਲਨਾ ਜਿਹੜੀ ਹੈ ਇਹ ਕਈ ਵਾਰੀ ਹੁਣ ਇਸਲਾਮਿਕ ਸਟੇਟ ਵਾਲੀ ਗੱਲ ਅਸੀਂ ਕਰਕੇ ਹਟੇ ਹਾਂ ਕਨਿਸ਼ਕਾ ਤਮਾਕਾ ਜਿਹੜਾ ਰਾਜ ਏਜੰਸੀਆਂ ਨੇ ਕੀਤਾ ਉਹਨੂੰ 911 ਤੋਂ ਵੀ ਜ਼ਿਆਦਾ ਖਤਰਨਾਕ ਦੱਸ ਕੇ ਸਿੱਖਾਂ ਨੂੰ ਇਹ ਅੰਤਰਰਾਸ਼ਟਰੀ ਟੈਰੋਰਿਜ਼ਮ ਦੇ ਨਾਲ ਜੋੜਨਾ ਚਾਹੁੰਦੇ ਨੇ ਕਾਰਡ ਪੀਲੀ ਪੀਤਦਾ ਹੈ ਕਿ ਭਾਈ 48 ਪੁਲਸੀਆਂ ਨੂੰ ਉਮਰ ਕੈਦ ਹੋਈ ਤੇ 1980ਆਂ 90ਆਂ ਦੀਆਂ ਵੀਡੀਓਜ਼ ਦਿਖਾ ਰਹੇ ਨੇ ਕਿ ਜਿੱ ਸਿੱਖ دہشتਗਰਦ ਨੇ ਜੀ ਔਰ ਫਰਸਟ ਪੋਸਟ ਹੋਏ ਸਕਰੋਲ ਹੋਏ ਇਹ ਸਾਰੇ ਜਿਹੜੇ ਨੇ ਉਹ ਮਿਸ ਇਨਫਾਰਮੇਸ਼ਨ ਜਿਹੜੇ ਨੇ ਉਹ ਫਲਾਉਂਦੇ ਨੇ ਕਿਵੇਂ ਉਹਨਾਂ ਨੇ ਈਵਨ ਜੇ ਜਸਟਨ ਟਰੂਡੋ ਨੇ ਥੋੜਾ ਬਹੁਤ ਪੋਜ਼ਿਟਿਵ ਰੱਖਿਆ ਤਾਂ ਉਹਨੂੰ ਵੀ ਧਮਕਾ ਦਿੱਤਾ ਔਰ ਇਹ ਫਰਸਟ ਪੋਸਟ ਨਹੀਂ ਕੈਰੀ ਕੀਤਾ ਫਿਰ ਇਹਨਾਂ ਨੇ ਕਿਹਾ ਕਿ ਭਾਈ ਜਿਹੜੀ ਸਿੱਖਾਂ ਦੀ ਤਾਕਤ ਹੈ ਬਾਹਰ ਕਾਂਗਰੈਸ਼ਨਲ ਲੈਟਰਸ ਹੋਏ ਯੂਐਸਏਰਫ ਦੀਆਂ ਰਿਪੋਰਟਾਂ ਹੋਣ ਪੰਮਾ ਦਾ ਸੇਫ ਇੰਗਲੈਂਡ ਪਹੁੰਚਣਾ ਹੋਏ ਉਹਨਾਂ ਦੇ ਉੱਤੇ ਜ਼ਖਮਾਂ ਦੇ ਉੱਤੇ ਲੂਣ ਛੜਕਣ ਵਾਂਗੇ ਔਰ ਅੰਮ੍ਰਿਤਾਰੀ ਸਿੱਖਾਂ ਨੂੰ ਬਦਨਾਮ ਕਰਨ ਲਈ ਵੀ ਇਹ ਜਿਹੜਾ ਹੁਣ ਭਾਰਤ ਮਾਤਾ ਕੀ ਜੈਵਾਲਾ ਪਾਰਟ ਹੈ ਜੂਨ ਤੱਕ ਖਿੱਚਣਗੇ ਫਿਰ ਸਿੱਖਾਂ ਨੂੰ ਇਹ ਡਾਇਰੈਕਟ ਵੀ ਟਾਰਗੇਟ ਕਰ ਸਕਦੇ ਨੇ ਔਰ ਖਾਸ ਤੌਰ ਤੇ ਸ਼ੇਖਰ ਗੁਪਤਾ ਔਰ ਇੱਕ ਜ਼ਰ ਖਰੀਦ ਇਹਨਾਂ ਦਾ ਜਰਨਲ ਐਚਐਸ ਪਨਾਗ ਹੈ ਪਨਾਗ ਕਿਤੇ ਮਲੇਸ਼ੀਆ ਤੋਂ ਆਇਆ ਹੋਇਆ ਹੈ ਔਰ ਉਹਨਾਂ ਦਾ ਨਿਖਤਾਂ ਜਿਹੜੀਆਂ ਨੇ ਉਹ ਸਿੱਖਾਂ ਨੂੰ ਠਿਟਕਨ ਵਾਲੀਆਂ ਹੁੰਦੀਆਂ ਨੇ ਐਸਵਾਈਐਲ ਦਾ ਮੁੱਦਾ ਵੀ ਵਰਤਦੇ ਨੇ ਉਹਨਾਂ ਨੇ ਇਹ ਵੀ ਬਿਲਕੁਲ ਠੀਕ ਕਿਹਾ ਕਿ ਕਸ਼ਮੀਰੀਆਂ ਨਕਸਲੀਆਂ ਲਈ ਤੇ ਫਿਰ ਕੋਈ ਹਾਜ਼ ਨਾਰਾ ਮਾਰਦਾ ਅਸੀਂ ਬਿਲਕੁਲ ਜਿਹੜੇ ਆ ਸਾਨੂੰ ਆਈਸੋਲੇਟ ਕਰ ਦਿੱਤਾ ਜਾਂਦਾ ਕੋਈ ਸਾਡੀ ਆਵਾਜ਼ ਨਹੀਂ ਬਣਦੀ ਔਰ ਉਹਨਾਂ ਨੇ ਜਿਹੜੀ ਮੈਂ ਸਮਝਦਾ ਵੀ ਕੰਮ ਦੀ ਗੱਲ ਹੈ ਕਿ ਭਈ ਸਾਵਧਾਨ ਵੀ ਰਹੀਏ ਔਰ ਇਹ ਜਿਹੜਾ ਟੀਵੀ ਚੈਨਲ ਔਰ ਇਹ ਸਾਡੇ ਖਿਲਾਫ ਪ੍ਰੋਪਾਗੈਂਡਾ ਕਰਦੇ ਨੇ ਇਨਾਂ ਦੇ ਉੱਤੇ ਮੁਕਦਮਾ ਕੀਤਾ ਜਾਏ ਉਹਨਾਂ ਨੂੰ ਅਦਾਲਤਾਂ ਵਿੱਚ ਲਿਆਂਦਾ ਜਾਏ ਔਰ ਉਹਨੇ ਕਿਹਾ ਵੀ ਦੇਖੋ ਉਹਨੇ ਨਾ ਏਜੰਸੀਆਂ ਦਾ ਦਾਇਰਾਕਾਰ ਕਿਵੇਂ ਸਿੱਖਾਂ ਦੀ ਹਰਾਸਮੈਂਟ ਲਈ ਵਧਿਆ ਕਿ ਖਾਲਸਾ ਏਡ ਐਸ ਪੀਓ ਡਬਲਿਊ ਜਿਹੜੀ ਕਿ ਉੱਥੇ ਪੋਲੀਟੀਕਲ ਕੈਦੀਆਂ ਦੀ ਟੇਕ ਕੇਅਰ ਕਰਦੀ ਔਰ ਅਖੰਡ ਕੀਰਤਨੀ ਜਥਾ ਇਹਨਾਂ ਨੂੰ ਵੀ ਜਿਹੜਾ ਹੱਤਵਾਦੀ ਬਣਾ ਦਿੱਤਾ ਗਿਆ ਔਰ ਇਹ 2017 ਦੀਆਂ ਚੋਣਾਂ 'ਚ ਹਿੰਦੂਆਂ ਨੂੰ ਇਕੱਠੇ ਕਰਨ ਲਈ ਜਿਹੜਾ ਕੋਈ ਨਾ ਕੋਈ ਹੋਰ ਵੱਡੀ ਕਾਰਵਾਈ ਕਰਨਗੇ ਔਰ ਇੱਕ ਜਿਹੜੇ ਘਰ ਉਹਨਾਂ ਨੇ ਕਹੀ ਔਰ ਮੈਂ ਦੇਖ ਰਿਹਾ ਵੀ ਭਾਵੇਂ ਇਹ ਟ੍ਰੈਂਡ ਭਾਵੇਂ 30 ਸਾਲ ਤੋਂ ਹੀ ਸੀ ਪਰ ਹੁਣੇ ਵਧਦਾ ਜਾ ਰਿਹਾ ਹੈ ਕਿ ਭਾਰਤੀ ਸਿੱਖਾਂ ਤੇ ਡਾਇਸਪੋਰਾ ਸਿੱਖਾਂ ਦੇ ਵਿੱਚ ਇੱਕ ਲਾਈਨ ਖਿੱਚਣ ਦਾ ਉੱਥੋਂ ਵਾਲੇ ਕਹਿੰਦੇ ਤੁਸੀਂ ਇੱਥੇ ਨਾਰੇ ਲਾਉਂਦੇ ਹੋ ਸਾਨੂੰ ਉੱਥੇ ਕੁੱਟ ਪੈਂਦੀ ਹੈ ਜੇ ਤੁਸੀਂ ਸਾਨੂੰ ਮਰਵਾਓਗੇ ਜਾਂ ਇੱਥੋਂ ਵਾਲੇ ਆ ਕੇ ਕਹਿਣਗੇ ਕਿ ਜੇ ਜੇ ਖਾਲਸਤਾਨ ਦੀ ਗੱਲ ਕਰਨੀ ਹੈ ਉੱਥੇ ਆਓ ਇਹਨਾਂ ਨੂੰ ਕੋਈ ਪੁੱਛੇ ਵੀ ਪੰਜਾਬ ਚ ਚੋਣਾ ਤੁਸੀਂ ਕਰਨੀ ਹੈ ਤੁਸੀਂ ਬਾਹਰ ਕੀ ਲੈਣ ਆਂਦੇ ਹੋ ਬਾਹਰਲੇ ਸਿੱਖਾਂ ਨੂੰ ਹਰ ਇੱਕ ਦਾ ਜ਼ੋਰ ਲੱਗਾ ਹੈ ਕਾਂਗਰਸ ਦਾ ਆਮ ਆਦਮੀ ਪਾਰਟੀ ਅਕਾਲੀਆਂ ਦੇ ਟੁੱਟੇ ਵੀ ਸ਼ੁਰੂ ਹੋ ਜਾਣਗੇ ਆਣੇ ਕਿ ਜੇ ਚੋਣਾਂ ਤਾਂ ਪੰਜਾਬ ਚ ਹੋਣੀ ਹੈ ਕੈਨੇਡਾ ਅਮਰੀਕਾ ਦੇ ਸਿੱਖ ਤਾਂ ਇੱਥੇ ਬੈਠੇ ਨੇ ਜੇ ਤੁਸੀਂ ਇੱਥੇ ਆ ਕੇ ਸਮਝ ਦਿਓ ਵੀ ਬਾਹਰਲੇ ਸਿੱਖਾਂ ਮੇਰੇ ਤੁਹਾਡੀ ਜਿੱਤ ਸੰਭਵ ਨਹੀਂ ਤੇ ਫਿਰ ਬਾਹਰਲੇ ਸਿੱਖਾਂ ਨੂੰ ਤਾਂ ਪਤਾ ਹੈ ਵੀ ਅਲਟੀਮੇਟਲੀ ਖਾਲਸਾਤਨ ਬਣਾਉਣ ਲਈ ਉਹਨਾਂ ਨੇ ਹੀ ਰੋਲ ਅਦਾ ਕਰਨਾ ਹੈ ਲੇਕਿਨ ਇਹ ਵੀ ਇੱਕ ਡਿਵੀਜ਼ਨ ਲਾਈਨ ਹੈ ਜਦੋਂ ਅਸੀਂ ਪੰਜਾਬ ਦੇ ਸਿੱਖ ਤੇ ਤੁਸੀਂ ਬਾਹਰਲੇ ਸਿੱਖ ਇਸ ਲਾਈਨ ਤੇ ਸਿੱਖ ਸੋਚਣਾ ਸ਼ੁਰੂ ਕਰਨਗੇ ਤੇ ਫਿਰ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਛਿਆ ਰਾਇਤ ਦਾ ਕੀ ਬਣੇਗਾ ਸੋ ਅਸੀਂ ਪੈਂਜੀ ਦਾ ਬਹੁਤ ਬਹੁਤ ਸ਼ੁਕਰੀਆ ਦਾਤਾ ਕਰਦੇ ਕਿ ਉਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਐਕਸਪੈਕਟ ਕਰਦੇ ਕਿ ਉਹ ਸਾਨੂੰ ਇਸ ਤਰ੍ਹਾਂ ਹੀ ਦਿਖਤੇ ਰਹਿਣਗੇ ਜੀ ਰਸਾ ਇਸ ਤਰ੍ਹਾਂ ਨੇ ਬ੍ਰੇਕ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਬ੍ਰੇਕ ਤੋ